ਅੰਮ੍ਰਿਤਸਰ ਦੇ ਵਿੱਚ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਦੱਸਦੇ ਨੇ ਆ ਕਿ SBI ਦੇ ਗ੍ਰਾਹਕ ਸੇਵਾ ਕੇਂਦਰ ਦੇ ਵਿੱਚ ਹਥਿਆਰਬੰਦ ਲੁਟੇਰੇ ਆਉਂਦੇ ਨੇ ਤੇ ਹਜ਼ਾਰਾਂ ਦੀ ਨਗਦੀ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ, ਜਿੱਥੇ ਪੁਲਿਸ ਪਹੁੰਚੀ ਹੈ ਔਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਸੋ ਇਹ SBI ਦਾ ਗ੍ਰਾਹਕ ਸੇਵਾ ਕੇਂਦਰ ਹੈ ਜਿੱਥੇ ਦੁਕਾਨਦਾਰ ਬੈਠਾ ਹੋਇਆ ਸੀਗਾ ਔਰ ਇਸੇ ਦੌਰਾਨ ਦਿਨ ਦਿਹਾੜੇ ਵੱਡੀ ਲੁੱਟ ਦੀ ਘਟਨਾ ਵਾਪਰਦੀ ਹੈ। ਹਥਿਆਰਬੰਦ ਲੁਟੇਰੇ ਜਿਹੜੇ ਨੇ, ਤਿੰਨ ਲੁਟੇਰੇ ਦੱਸੇ ਜਾ ਰਹੇ ਨੇ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਉਸ ਤੋਂ ਬਾਅਦ ਦਾਤਰ ਵਿਖਾ ਕੇ 90,000 ਦੀ ਨਗਦੀ ਲੈ ਕੇ ਫਰਾਰ ਹੋ ਗਏ ਨੇ। ਮੌਕੇ ਤੇ ਪੁਲਿਸ ਪਹੁੰਚੀ ਹੈ ਔਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ CCTV ਕੈਮਰੇ ਖੰਗਾਲੇ ਜਾ ਰਹੇ ਨੇ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੁਟੇਰੇ ਜਿਹੜੇ ਆਏ ਸੀ ਉਹਨਾਂ ਦੀ ਭਾਲ ਕੀਤੀ ਜਾ ਸਕੇ, ਉਹਨੂੰ ਪਹਿਚਾਨਿਆ ਜਾ ਸਕੇ। ਫਿਲਹਾਲ ਦਿਨ ਦਿਹਾੜੇ ਵੱਡੀ ਵਾਰਦਾਤ ਦਾ ਹੋਣਾ ਆਪਣੇ ਆਪ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਮਾੜੀ ਕਾਨੂੰਨ ਵਿਵਸਥਾ ਨੂੰ ਦਰਸਾ ਰਹੀ ਹੈ, ਕਿਉਂਕਿ ਜਿਸ ਜਗ੍ਹਾ ਦੇ ਵਿੱਚ SBI ਦੇ ਗ੍ਰਾਹਕ ਸੇਵਾ ਕੇਂਦਰ ਹੈ ਉੱਥੇ ਕਾਫੀ ਰਸ਼ ਰਹਿੰਦਾ ਹੈ ਔਰ ਅਜਿਹੇ ਦੇ ਵਿੱਚ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਦਾ ਵਾਪਰ ਜਾਣਾ ਕਈ ਸਵਾਲ ਖੜੇ ਕਰਦਾ ਹੈ। ਸੋ ਦੱਸ ਦਿੰਦੇ ਹਾਂ ਕਿ 90,000 ਦੀ ਨਗਦੀ ਦੱਸੀ ਜਾ ਰਹੀ ਹੈ ਜੋ ਕਿ ਲੁੱਟ ਹੋਈ ਹੈ। ਅੰਮ੍ਰਿਤਸਰ ਦਾ ਬਟਾਲਾ ਰੋਡ ਦੱਸਿਆ ਜਾ ਰਿਹਾ ਹੈ ਜਿੱਥੇ SBI ਦਾ ਗ੍ਰਾਹਕ ਸੇਵਾ ਕੇਂਦਰ ਬਣਿਆ ਹੋਇਆ ਹੈ। ਇੱਥੇ ਦੁਕਾਨਦਾਰ ਅੰਦਰ ਬੈਠਾ ਹੋਇਆ ਸੀਗਾ, ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਕੋਲ ਹਥਿਆਰ ਸਨ ਔਰ ਉਸੇ ਹਥਿਆਰਾਂ ਦੀ ਨੋਕ 'ਤੇ ਇੱਕ ਕੋਲ ਦੇਸੀ ਕੱਟਾ ਅਤੇ ਇੱਕ ਕੋਲ ਦਾਤਰ ਸੀ ਔਰ ਉਹੀ ਦਿਖਾ ਕੇ 90,000 ਦੀ ਨਗਦੀ ਲੈ ਕੇ ਫਰਾਰ ਹੋ ਗਏ ਨੇ। ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਦੱਸਦੇ ਨੇ ਆ ਕਿ ਲਗਾਤਾਰ ਗੁਰੂ ਨਗਰੀ ਦੇ ਵਿੱਚ ਅਜਿਹੀਆਂ ਵੱਡੀਆਂ ਵਾਰਦਾਤਾਂ ਲੁੱਟ ਦੀਆਂ ਸਾਹਮਣੇ ਆ ਰਹੀਆਂ ਨੇ ਔਰ ਪੁਲਿਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ, ਨਾਕਾਮ ਹੈ ਇਹਨਾਂ ਲੁਟੇਰਿਆਂ ਤੱਕ ਪਹੁੰਚ ਕਰਨ ਲਈ ਔਰ ਜੇਕਰ ਗੱਲ ਕੀਤੀ ਜਾਵੇ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਦੇ ਵਿੱਚ ਵੀ ਨਾਕਾਮ ਹੈ, ਕਿਉਂਕਿ ਲਗਾਤਾਰ ਆਏ ਦਿਨ ਗੁਰੂ ਨਗਰੀ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸੋ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਦਿਨ ਦਿਹਾੜੇ ਬਟਾਲਾ ਰੋਡ 'ਤੇ ਸਥਿਤ ਹੈ SBI ਦਾ ਗ੍ਰਾਹਕ ਸੇਵਾ ਕੇਂਦਰ, ਜਿੱਥੇ ਦੁਕਾਨਦਾਰ ਕੋਲੋਂ ਪਿਸਤੌਲ ਦਾਤਰ ਸੀਗੇ ਉਹਨਾਂ ਕੋਲ ਔਰ ਨਾਲ ਦੇ ਨਾਲ ਲੁਟੇਰਿਆਂ ਕੋਲ ਦੇਸੀ ਕੱਟਾ ਵੀ ਦੱਸਿਆ ਜਾ ਰਿਹਾ ਔਰ ਇਸੇ ਦੀ ਨੋਕ ਉੱਤੇ 90,000 ਰੁਪਏ ਦੇ ਕਰੀਬ ਕੈਸ਼ ਲੁੱਟ ਕੇ ਉੱਥੋਂ ਫਰਾਰ ਹੋ ਗਏ ਨੇ। ਪੁਲਿਸ ਦੇ ਵੱਡੇ ਅਧਿਕਾਰੀ ਮੌਕੇ 'ਤੇ ਪਹੁੰਚੇ ਨੇ, ਪੁਲਿਸ ਵੱਲੋਂ ਦੁਕਾਨਦਾਰ ਦੇ ਬਿਆਨ ਦਰਜ ਕਰ ਲਏ ਗਏ ਨੇ ਔਰ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ। ਫਿਲਹਾਲ ਦੱਸ ਦਿੰਦੇ ਹਾਂ ਕਿ ਬਟਾਲਾ ਰੋਡ 'ਤੇ 50 ਨੰਬਰ ਪਿੱਲਰ ਦੇ ਕੋਲ ਇਹ ਸਟੇਟ ਬੈਂਕ ਦਾ ਗ੍ਰਾਹਕ ਸੇਵਾ ਕੇਂਦਰ ਬਣਿਆ ਹੋਇਆ ਜਿੱਥੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਿਨ ਦਿਹਾੜੇ ਇਹ ਵਾਰਦਾਤ ਵਾਪਰੀ ਹੈ ਔਰ 3 ਦੇ ਕਰੀਬ ਲੁਟੇਰੇ ਦੱਸੇ ਜਾ ਰਹੇ ਨੇ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਔਰ ਉਹਨਾਂ ਵੱਲੋਂ ਦੁਕਾਨਦਾਰ ਨੂੰ ਹਥਿਆਰ ਦੀ ਨੋਕ 'ਤੇ 90,000 ਦੀ ਨਗਦੀ ਉਸ ਤੋਂ ਲੈ ਕੇ ਉੱਥੋਂ ਚਲੇ ਗਏ ਨੇ। ਪੁਲਿਸ ਅਧਿਕਾਰੀ ਪਹੁੰਚੇ ਨੇ ਔਰ ਲਗਾਤਾਰ ਉਹਨਾਂ ਵੱਲੋਂ ਜਿਹੜੀ ਹੈ ਉਹ CCTV ਦੇ ਆਧਾਰ 'ਤੇ ਹੀ ਜਿਹੜੇ ਲੁਟੇਰੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਦੁਕਾਨਦਾਰ ਦੇ ਮੁਤਾਬਕ ਕਿ ਉਹ ਦੁਕਾਨ ਦੇ ਵਿੱਚ ਇਕੱਲਾ ਹੀ ਸੀ ਜਦੋਂ ਉਹ ਇਹ ਵੱਡੀ ਵਾਰਦਾਤ ਵਾਪਰੀ ਹੈ। ਲੁਟੇਰੇ ਜਦੋਂ ਉਸ ਦੁਕਾਨ ਦੇ ਅੰਦਰ ਆਏ ਤਾਂ ਉਸਨੂੰ ਵੀ ਕੁਝ ਸਮਝ ਨਹੀਂ ਆਇਆ, ਉਹਨਾਂ ਨੇ ਆਉਂਦੇ ਸਾਰ ਹੀ ਉਸਦੇ ਜਿਹੜੀ ਹੈ ਦਾਤਰ ਜਿਹੜੀ ਸੀ ਉਸਨੂੰ ਦਿਖਾਇਆ, ਉਸਦੇ ਗਰਦਨ 'ਤੇ ਦਾਤਰ ਰੱਖੀ ਗਈ
ਔਰ ਇੱਕ ਕੋਲ ਦੇਸੀ ਕੱਟਾ ਸੀ ਔਰ ਇੱਕ ਕੋਲ ਪਿਸਤੌਲ ਵੀ ਸੀਗੀ ਔਰ ਉਸੀ ਨੂੰ ਦਿਖਾ ਕੇ ਜਿਹੜਾ ਹੈ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਗਏ ਨੇ। 90,000 ਦੇ ਕਰੀਬ ਲੁੱਟ ਦੱਸੀ ਜਾ ਰਹੀ ਹੈ ਹੋਈ ਹੈ ਔਰ ਲਗਾਤਾਰ ਜੇਕਰ ਅਸੀਂ ਅੰਮ੍ਰਿਤਸਰ ਦੇ ਲੋਅ ਐਂਡ ਆਰਡਰ ਦੀ ਗੱਲ ਕਰ ਲੈਂਦੇ ਹਾਂ ਉਹਦੀ ਸਥਿਤੀ ਜਿਹੜੀ ਹੈ ਬਹੁਤ ਮਾੜੀ ਹੈ, ਵੱਧ ਤੋਂ ਵੱਧਰ ਜਿਹੜੀ ਹੈ ਉਹ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਆਏ ਦਿਨ ਵੱਡੀਆਂ ਵਾਰਦਾਤਾਂ ਅੰਮ੍ਰਿਤਸਰ 'ਚੋਂ ਸਾਹਮਣੇ ਆ ਰਹੀਆਂ ਨੇ। ਫਿਰ ਚਾਹੇ ਉਹ ਕਿਸੇ ਦਾ ਮਰਡਰ ਹੋਇਆ ਹੋਵੇ ਜਾਂ ਫਿਰ ਲੁੱਟ ਦੀ ਵੱਡੀ ਵਾਰਦਾਤਾਂ ਹੋਣ, ਇਸ ਤਰ੍ਹਾਂ ਲੱਗ ਰਿਹਾ ਕਿ ਗੁਰੂ ਨਗਰੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਵੱਡੀਆਂ ਵਾਰਦਾਤਾਂ ਵਾਪਰੀਆਂ ਨੇ ਕਿ ਅਜਿਹੇ ਲੋਕਾਂ ਦੇ ਵਿੱਚ ਜਿਹੜੇ ਅਪਰਾਧਿਕ ਦਿਮਾਗ ਦੇ ਹੁੰਦੇ ਨੇ ਇਹਨਾਂ ਦੇ ਉੱਤੇ ਪੁਲਿਸ ਦਾ ਖੌਫ ਜਿਹੜਾ ਹੈ ਉਹ ਨਾ ਦੇ ਬਰਾਬਰ ਰਹਿ ਗਿਆ ਔਰ ਇਸੀ ਦੇ ਕਰਕੇ ਅਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਲਗਾਤਾਰ ਵਾਪਰ ਰਹੀਆਂ ਨੇ ਔਰ ਪੁਲਿਸ ਕੁਛ ਨਹੀਂ ਕਰ ਪਾ ਰਹੀ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ SBI ਦੇ ਗ੍ਰਾਹਕ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰਿਆਂ ਵੱਲੋਂ, ਇਹ ਜਗ੍ਹਾ ਜਿਹੜੀ ਹੈ ਜਿੱਥੇ ਬਣਿਆ ਹੋਇਆ ਹੈ ਇਹ ਬਟਾਲਾ ਰੋਡ ਦੇ ਦੱਸੀ ਜਾ ਰਹੀ ਹੈ ਔਰ ਕਾਫੀ ਜ਼ਿਆਦਾ ਰਸ਼ ਜਿਹੜਾ ਹੈ ਇਸ ਏਰੀਆ 'ਚ ਰਹਿੰਦਾ ਹੈ ਔਰ ਦਿਨ ਦਿਹਾੜੇ ਅਜਿਹੀ ਵਾਰਦਾਤ ਦਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਵੀ ਕਾਫੀ ਹੈਰਾਨ ਕਰ ਦੇਣ ਵਾਲਾ ਹੈ। ਲੋਕ ਕਾਫੀ ਸਹਿਮੇ ਹੋਏ ਨੇ ਕਿਉਂਕਿ ਲੋਕਾਂ ਦਾ ਵੀ ਮੰਨਣਾ ਹੈ ਕਿ ਸ਼ਹਿਰ ਦੇ ਵਿੱਚ ਜਿੱਥੇ ਭੀੜ ਭਾੜ ਵਾਲੇ ਇਲਾਕੇ 'ਚ ਅਜਿਹੀ ਕੰਮ ਹੋ ਜਾਣਾ, ਉਹ ਜਿਹੜਾ ਹੈ ਖੌਫ ਜਿਹੜਾ ਉਹਨਾਂ ਦੇ ਵਿੱਚ ਇਸ ਚੀਜ਼ ਦਾ ਹੋ ਗਿਆ ਹੈ ਕਿ ਉਹ ਲੋਕ ਵੀ ਜਿਹੜੇ ਆਮ ਜਨਤਾ ਵੀ ਉਹ ਵੀ ਕਿਤੇ ਸੁਰੱਖਿਅਤ ਨਹੀਂ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਵੱਡੇ ਅਧਿਕਾਰੀ ਜਿਹੜੇ ਨੇ ਮੌਕੇ 'ਤੇ ਪਹੁੰਚੇ ਨੇ ਔਰ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਿਆ ਆਓ ਸੁਣਦੇ ਹਾਂ। ਹਾਂਜੀ ਸਰ, ਕਿੰਨੇ ਜਾਣੇ ਆਏ ਅਤੇ ਕਿੰਨੇ ਪੈਸੇ ਲੈ ਕੇ ਆਏ? ਇਹ ਜੀ ਥਾਣਾ ਸਦਰ ਦੇ ਬਟਾਲਾ ਰੋਡ 'ਤੇ ਪਿਲਰ ਨੰਬਰ 50 ਦੇ ਸਾਹਮਣੇ SBI ਬੈਂਕ ਦੀ ਇੱਕ ਛੋਟੀ ਜਿਹੀ ਸਮਾਲ ਇਹਦੀ ਬ੍ਰਾਂਚ ਆ ਜੀ, ਜਿਸ ਵਿੱਚ ਇਹ ਛੋਟਾ 10,000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੇ ਆ। ਇਹ ਦੁਕਾਨ 'ਤੇ ਇਕੱਲਾ ਇੱਕ ਸ਼ਖਸ ਜਿਸਦਾ ਨਾਮ ਪ੍ਰੇਮ ਕੁਮਾਰ ਆ, 2016 ਤੋਂ ਦੁਕਾਨ ਕਰ ਰਿਹਾ। ਅੱਜ ਕਰੀਬ 1 ਵਜੇ 3 ਨੌਜਵਾਨ ਦੁਕਾਨ 'ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ 'ਤੇ ਇਸਨੂੰ ਡਰਾਉਂਦੇ ਨੇ ਅਤੇ ਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80 ਹਜ਼ਾਰ ਰੁਪਇਆ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ। ਸਰ ਕਿੰਨੇ ਜਾਣੇ ਸੀ, ਕਾਹਤੇ ਆਏ ਸੀ? ਇਹ ਹਜੇ ਤੱਕ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਜੀ, 3 ਜਣੇ ਮੋਟਰਸਾਈਕਲ 'ਤੇ ਆਏ ਸਨ, ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ। ਅੱਗੇ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀਗਾ ਜੀ। ਸਰ ਕੋਈ CCTV ਆਈ ਸਾਹਮਣੇ? ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ, CCTV ਆਸ ਪਾਸ ਤੋਂ ਵੀ ਅੰਦਰ। ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਟਲ ਡਰਾਈਵ ਵੀ ਦੱਸ ਰਹੇ ਹਾਂ ਜੀ। ਜਿੰਨੇ ਜਾਣੇ ਆਏ ਸੀ, ਸਿਰਫ ਇੱਕ ਪਿਸਤਲ ਸੀ, ਕੋਈ ਹਥਿਆਰ ਹੋਰ ਵੀ ਹੈਗੇ ਸੀ? ਇੱਕ ਇਹ ਪਿਸਤਲ ਦੱਸ ਰਹੇ, ਇੱਕ ਕੋਈ ਦਫ਼ਤਰ ਦੱਸ ਰਹੇ ਜੀ ਕੋਲ। ਟੋਟਲ 3 ਜਣੇ ਸਰ? ਜੀ ਠੀਕ, ਥੈਂਕ ਯੂ ਸਰ।